ਪੰਜਾਬ 'ਚ ਸੱਤਾ ਹਾਸਲ ਕਰਨ ਲਈ ਆਮ ਆਦਮੀ ਪਾਰਟੀ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਨ 'ਚ ਜੁਟੀ ਹੋਈ ਹੈ ਤੇ ਅਜੇ ਹਿਤ ਆਪ ਦੇ ਸਾਰੇ ਵੱਡੇ ਆਗੂ ਅਤੇ ਵੱਡੇ ਵਿਧਾਇਕ ਪ੍ਰਚਾਰ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ ਪਰ ਹੈਰਾਨੀ ਕਰ ਦੇਣ ਵਾਲੀ ਗੱਲ ਇਹ ਹੈ ਕਿ ਆਪ ਦੇ ਦੋ ਅਹਿਮ ਚਿਹਰੇ ਡਾਕਟਰ ਕੁਮਾਰ ਵਿਸ਼ਵਾਸ ਅਤੇ ਆਸ਼ੀਸ਼ ਖੇਤਾਨ ਪੰਜਾਬ 'ਚ ਪ੍ਰਚਾਰ ਨਹੀਂ ਕਰ ਰਹੇ ਮੰਨਿਆ ਜਾ ਰਿਹਾ ਹੈ ਕਿ ਦੋਹਾਂ ਨੂੰ ਇਸ ਪ੍ਰਚਾਰ ਤੋਂ ਦੂਰ ਹੀ ਰਹਿਣੋ ਕਿਹਾ ਗਿਆ ਹੈ ਸੂਤਰਾ ਮੁਤਾਬਕ ਦੋਹਾਂ ਨੂੰ ਪੰਜਾਬ ਇਸ ਲਈ ਨਹੀਂ ਭੇਜਿਆ ਜਾ ਰਿਹਾ ਕਿਉਂਕਿ ਉਹਨਾਂ ਨਾਲ ਕੁਝ ਵਿਵਾਦ ਜੁੜੇ ਹੋਏ ਹਨ ਤੇ ਇਸ ਕਾਰਨ ਹੀ ਦੋਹਾਂ ਦਾ ਨਾਮ ਪੰਜਾਬ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਨਹੀਂ ਸੀ ਕੁਮਾਰ ਦਾ ਨਾਮ ਪੰਜਾਬ ਸੂਚੀ 'ਚ ਨਾ ਹੋਣ ਦੇ ਸਵਾਲ ਤਾਂ ਉੱਠੇ ਪਰ ਸੰਜੇ ਸਿੰਘ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਕੁਮਾਰ ਵਿਸ਼ਵਾਸ ਪੰਜਾਬ ਪ੍ਰਚਾਰ ਕਰਨਗੇ ਹਾਲਾਂਕਿ ਅਜੇ ਤੱਕ ਉਹਨਾਂ ਦੇ ਪ੍ਰੋਗਰਾਮ ਤੈਅ ਨਹੀਂ ਕੀਤੇ ਗਏ ਹਨ ਉਹਨਾਂ ਨੂੰ ਗੋਆਚ ਪ੍ਰਚਾਰ ਦੀ ਜ਼ਿੰਮੇਵਾਰੀ ਜ਼ਰੂਰ ਦਿੱਤੀ ਹੋਈ ਹੈ ਸੂਚੀ 'ਚ ਉਹਨਾਂ ਦਾ ਨਾਮ 9ਵੇਂ ਨੰਬਰ ਤੇ ਹੈ ਅਸ਼ੀਸ਼ ਖੇਤਾਂ ਨੂੰ ਗਵਾਚ ਵੀ ਮੌਕਾ ਨਹੀਂ ਦਿੱਤਾ ਗਿਆ ਹੈ ਜਦੋਂ ਕਿ ਆਪ ਦੀ ਚੋਣ ਮੈਨੀਫੈਸਟੋ ਬਣਾ ਉਹਨਾਂ ਦੀ ਅਹਿਮ ਭੂਮਿਕਾ ਸਮਝੀ ਜਾਂਦੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ